ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀਓ ਯਾਨੀ ਕਿ ਸਵਰਨ ਸਿੰਘ ਦਾ ਨੇੜਲੀਆਂ ਕੰਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ ਜੀ ਢਿੱਲੋਂ ਸਾਹਿਬ ਹੁਣ ਸ਼ਾਹਕੋਟ ਦੀ ਬਾਈ ਇਲੈਕਸ਼ਨ ਦੀ ਗੱਲ ਕਰ ਲਈਏ ਅਤੇ ਕਾਂਗਰਸ ਲਈ ਇੱਕ ਨਾਰ 'ਤੇ 100 ਬਿਮਾਰ ਵਾਲੀ ਸਥਿਤੀ ਬਣ ਗਈ ਬਿਲਕੁਲ ਆਮ ਤੌਰ 'ਤੇ ਸ਼ਾਹਕੋਟ ਹਲਕੇ ਨੂੰ ਅਕਾਲੀ ਹਲਕਾ ਸਮਝਿਆ ਜਾਂਦਾ ਜੀ 2012 ਦੀਆਂ ਚੋਣਾਂ ਤੋਂ ਪਹਿਲਾਂ ਇਹਦਾ ਨਾਂ ਲੂਹੀਆਂ ਹੁੰਦਾ ਸੀ ਅਤੇ ਲੂਹੀਆਂ ਤੋਂ ਆਪਾਂ ਦੇਖੀਏ ਬਹੁਤ ਲੰਬਾ ਸਮਾਂ ਇਸ ਹਲਕੇ ਤੋਂ ਜਿੱਤਦੇ ਰਹੇ ਆ ਸਰਦਾਰ ਬਲਵੰਤ ਸਿੰਘ ਜੀ ਇਹ ਉਹ ਬਲਵੰਤ ਸਿੰਘ ਹੈ ਜਿਨ੍ਹਾਂ ਨੂੰ ਅਕਾਲੀ ਦਲ ਦਾ ਦਿਮਾਗ ਵੀ ਕਿਹਾ ਜਾਂਦਾ ਸੀ ਅਤੇ ਜਿਹੜੇ ਅਕਾਲੀ ਸਰਕਾਰਾਂ ਦੇ ਦੌਰਾਨ ਵਿੱਤ ਮੰਤਰੀ ਵੀ ਹੁੰਦੇ ਸੀ ਪੰਜਾਬ ਦੇ ਜੀ ਫਿਰ ਇੱਕ ਟਾਈਮ ਆਇਆ 1992 1992 ਦੇ ਵਿੱਚ ਕਿਉਂਕਿ ਅਕਾਲੀ ਦਲ ਨੇ ਬਾਈਕਾਟ ਕਰਤਾ ਸੀ ਚੋਣਾਂ ਦਾ ਜੀ ਕਾਂਗਰਸ ਪਾਰਟੀ ਮੈਦਾਨ 'ਚ ਇਕੱਲੀ ਸੀ ਤਾਂ ਉਸ ਵੇਲੇ ਬਿਰਜ ਭੁਪਿੰਦਰ ਸਿੰਘ ਲਾਲੀ ਉਹ ਕਾਂਗਰਸ ਪਾਰਟੀ ਵੱਲੋਂ MLA ਬਣੇ MLA ਬਣੇ ਜਿਹੜਾ ਸਟੇਟ ਹੋਮ ਮਿਨਿਸਟਰ ਬਣਾਇਆ ਸ਼ਾਇਦ ਇਹਦੇ ਵਿੱਚ ਹਰਚਰਨ ਬਰਾੜ ਦੀ ਹਾਂ ਸ਼ਾਇਦ ਹੋਵੇ ਮੈਨੂੰ ਇਸ ਗੱਲ ਦਾ ਪਤਾ ਮੈਨੂੰ ਇਹ ਪਤਾ MLA ਉਹ ਬਣਿਆ ਸੀ 92 'ਚ ਲੇਕਿਨ 1997 2002 2007 2012 ਅਤੇ 2017 ਜਿਹੜੀਆਂ ਇਹ ਚੋਣਾਂ ਆਏਗੇ ਕੁਹਾੜ ਇਹਨਾਂ 'ਚ ਅਜੀਤ ਸਿੰਘ ਕੁਹਾੜ ਉੱਥੋਂ ਜਿੱਤਦਾ ਰਿਹਾ ਅਤੇ ਅਜੀਤ ਸਿੰਘ ਕੁਹਾੜ ਨੇ ਇੱਕ ਕੀਰਤੀਮਾਨ ਸਥਾਪਿਤ ਕੀਤਾ ਮਨਵਾ ਲਿਆ ਕਿ ਕੁਹਾੜ ਦਾ ਉੱਥੇ ਕੋਈ ਮੁਕਾਬਲਾ ਨਹੀਂ ਕਰ ਸਕਦਾ ਕੁਹਾੜ ਸਾਹਿਬ ਅਚਨਚੇਤ ਪਿਛਲੇ ਦਿਨੀ ਵਿਛੋੜਾ ਦੇ ਗਏ ਅਕਾਲ ਚ ਰਾਣਾ ਹੋ ਗਿਆ ਅਤੇ ਹੁਣ ਅਕਾਲੀ ਦਲ ਨੂੰ ਕੋਈ ਬਹੁਤੀ ਦਿੱਕਤ ਨਹੀਂ ਆਈ ਉੱਥੇ ਆਪਣੇ ਉਮੀਦਵਾਰ ਦੀ ਚੋਣ ਕਰਨ ਵਾਸਤੇ ਜੀ ਉਹਨਾਂ ਨੇ ਕੁਹਾੜ ਸਾਹਿਬ ਦੇ ਬੇਟੇ ਨੂੰ ਸ਼ਾਇਦ ਨਾਇਬ ਸਿੰਘ ਉਹਨਾਂ ਦਾ ਨਾਂ ਹੈ ਆਪਣਾ ਉਮੀਦਵਾਰ ਐਲਾਨਤਾ ਅਤੇ ਇਹ ਉਮੀਦਵਾਰ ਵੀ ਉਸ ਦਿਨ ਐਲਾਨੇ ਹੈ ਜਿਹਦੇ ਵਿਧਾਨ ਸਭਾ ਦੇ ਸੈਸ਼ਨ ਦਾ ਆਖਰੀ ਦਿਨ ਸੀ ਜੀ ਜਿਸ ਦਿਨ ਮਨਪ੍ਰੀਤ ਸਿੰਘ ਬਾਦਲ ਨੇ ਚਾਂਦਵਾਰੀ ਕੀਤੀ ਸੀ ਆਪਣੇ ਤਾਏ ਦੇ ਪੁੱਤ ਭਰਾ ਅਤੇ ਉਹਨਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਦੇ ਖਿਲਾਫ ਹੀ ਉਸ ਦਿਨ ਦੀ ਗੱਲ ਹੈ ਤੁਹਾਡੇ ਯਾਦ ਹੋਣਾ ਕਿ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਸੁਣੇ ਗਏ ਹੈ ਕਿ ਮਨਪ੍ਰੀਤ ਦੀਆਂ ਗੱਲਾਂ ਦਾ ਜਵਾਬ ਉੱਥੇ ਸੁਖਬੀਰ ਨੇ ਨਹੀਂ ਦਿੱਤਾ ਸੁਖਬੀਰ ਤਾਂ ਐਕਚੁਅਲੀ ਹੈ ਹੀ ਨਹੀਂ ਸੀ ਉਹ ਪਹਿਲਾਂ ਚਲਾ ਗਿਆ ਸੀ ਮਨਪ੍ਰੀਤ ਨੇ ਜਿਹੜਾ ਲਲਕਾਰਾ ਵੀ ਮਾਰਿਆ ਸੀ ਜਿਹੜਾ ਕਿਹਾ ਸੀ ਕਿ ਹੁਣ ਥੋੜ੍ਹਾ ਜਿਹਾ ਮਾਦਾ ਦਿਖਾਓ ਸੁਣਨ ਦਾ ਬਾਹਰ ਕਿ ਤੁਰੇ ਜਾ ਰਹੇ ਹੋ ਉਹ ਬਿਕਰਮ ਨੂੰ ਅਸਲ 'ਚ ਬਿਕਰਮ ਮਜੀਠੀਆ ਨੂੰ ਦਿੱਤਾ ਸੀਗਾ ਸੋ ਉਸ ਦਿਨ ਉਹਨੇ ਉੱਥੇ ਇੱਕ ਰੈਲੀ ਕੀਤੀ ਅਤੇ ਰੈਲੀ ਦੇ ਵਿੱਚ ਦੂਜੀ ਵੱਡੀ ਪ੍ਰਾਪਤੀ ਉਹਨੂੰ ਇਹ ਮਿਲੀ ਇੱਕ ਤਾਂ ਕੈਂਡੀਡੇਟ ਦੀ ਕੋਈ ਪ੍ਰੋਬਲਮ ਨਹੀਂ ਸੀ ਦੂਜੀ ਇਹ ਮਿਲੀ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹਨੇ 2017 ਦੇ ਵਿੱਚ ਉੱਥੋਂ ਚੋਣ ਲੜੀ ਸੀ ਉਹ ਅਕਾਲੀ ਦਲ ਦੇ ਸ਼ਾਮਿਲ ਹੋ ਗਿਆ ਆਮ ਆਦਮੀ ਪਾਰਟੀ ਵੈਸੇ ਵੀ ਕਮਜ਼ੋਰ ਹੋ ਗਈ ਕਾਂਗਰਸ ਪਾਰਟੀ ਵੱਲੋਂ ਪਿਛਲੀ ਵਾਰੀ ਜਥੇਦਾਰ ਕੁਹਾੜ ਦੇ ਮੁਕਾਬਲੇ ਦੇ ਉੱਤੇ ਆਪਣੇ ਸੀਗੇ ਮਿਸਟਰ ਲਾਡੋਵਾਲੀਆ ਜੀ ਇਹ ਲਾਡੋਵਾਲੀਆ ਸਾਹਿਬ ਜਿਹੜੇ ਹੈਗੇ ਇਹ ਵੀ ਚੰਗੇ ਪਰਿਵਾਰ ਨਾਲ ਹੈ ਪੈਸੇ ਨਾ ਤਾਂ ਉਹਨਾਂ ਦਾ ਪੂਰਾ ਹਰਦੇਵ ਸਿੰਘ ਹੈ ਪਿੰਡ ਸ਼ਾਇਦ ਉਹਨਾਂ ਦਾ ਲਾਡੋਵਾਲਾ ਹੈ ਲਾਡੋਵਾਲੀਆ ਇਸ ਕਰਕੇ ਕਹਿ ਦਿੰਦੇ ਹੈ ਇਹ ਸਰਦਾਰ ਦਰਬਾਰਾ ਸਿੰਘ ਜਿਹੜੇ ਰਾਜਸਥਾਨ ਦੇ ਗਵਰਨਰ ਹੁੰਦੇ ਸੀ ਪਹਿਲਾਂ ਜਲੰਧਰ ਤੋਂ ਪਾਰਲੀਮੈਂਟ ਦੇ ਮੈਂਬਰ ਵੀ ਰਹੇ ਹੈ ਜੀ ਮੇਰਾ ਖਿਆਲ ਸ਼ਾਇਦ ਰਾਜ ਸਭਾ 'ਚ ਵੀ ਰਹੇ ਹੋਣ ਉਹਨਾਂ ਦਾ ਇਹ ਭਤੀਜਾ ਹੈ ਉਹਨਾਂ ਦੇ ਆਪਦੇ ਕੋਈ ਬੇਟਾ ਹੈ ਨਹੀਂ ਉਹਨਾਂ ਦੀ ਬੇਟੀ ਹੈ ਜਿਹੜੀ ਜੀ ਉਹ ਮੈਰਿਡ ਹੈ
ਪ੍ਰਗਟ ਸਿੰਘ ਹੋਣਾ ਨੂੰ, ਅੱਛਾ ਜੀ, ਜਿਹੜੇ ਆਪਣੇ ਜਿਹਨਾਂ ਦੀ ਆਪਾਂ ਪਹਿਲਾਂ ਜ਼ਿਕਰ ਕਰਕੇ ਹਟੇ ਹਾਂ, ਉਸ ਖਾਨਦਾਨ 'ਚੋਂ, ਅਤੇ ਉਹਨੇ ਪਿਛਲੀ ਵਾਰੀ ਬਹੁਤ ਵਧੀਆ ਲੜਾਈ ਲੜੀ ਸੀ ਜੀ, ਕੁਹਾੜ ਸਾਹਿਬ ਦਾ ਬੜਾ ਵਧੀਆ ਮੁਕਾਬਲਾ ਕੀਤਾ ਸੀ ਜਿੱਥੇ ਭਾਵੇਂ ਉਹਨੂੰ ਨਸੀਬ ਨਹੀਂ ਹੋਈ, ਪਰ ਹੁਣ ਕਿਉਂਕਿ ਉਦੋਂ ਸਰਕਾਰ ਅਕਾਲੀ ਦਲ ਦੀ ਸੀ ਜਦੋਂ ਚੋਣ ਹੋਈ ਸੀ, ਜਾਬਤਾ ਭਾਵੇਂ ਲੱਗਿਆ ਹੋਇਆ ਸੀ, ਜਾਬਤਾ ਹੁਣ ਵੀ ਲੱਗਣੇ, ਪਰ ਹੁਣ ਸਰਕਾਰ ਹੈ ਜਿਹੜੀ ਉਹ ਕਾਂਗਰਸ ਪਾਰਟੀ ਦੀ ਹੈ। ਆਮ ਤੌਰ 'ਤੇ ਸਮਝਿਆ ਜਾਂਦਾ ਹੁੰਦਾ ਹੈ ਕਿ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਹੀ ਪਾਰਟੀ ਵਾਈ ਇਲੈਕਸ਼ਨ ਜਿੱਤਦੀ ਹੈ, ਲੇਕਿਨ ਪੰਜਾਬ ਦੇ ਵਿੱਚ ਕੁਝ ਅਜਿਹੀਆਂ ਮਿਸਾਲਾਂ ਵੀ ਹੈ ਜੀ ਜਦੋਂ ਰਾਜ ਕਰਦੀ ਪਾਰਟੀ ਵਾਲੇ ਹਾਰ ਗਏ ਤੇ ਵਿਰੋਧੀ ਜਿੱਤ ਗਏ। ਇਹ ਜੇ ਹੁਣ ਵਿਰੋਧੀ ਧਿਰ ਵਾਲੀ ਜਿੱਤਦੇ ਆ ਤਾਂ ਸਮਝ ਲਓ ਵੀ ਉਸ ਵੇਲੇ ਇਹ ਮੰਨਿਆ ਜਾਂਦਾ ਕਿ ਸਰਕਾਰ ਦੀ ਪਾਪੂਲੈਰਿਟੀ ਜਿਹੜੀ ਉਹ ਡਿਕਲਾਈਨ 'ਤੇ ਆ ਗਈ ਹੈ। ਹੁਣ ਕਿਉਂਕਿ ਸਰਕਾਰ ਹੈ ਤੇ ਜਿਵੇਂ ਮਿੱਥ ਬਣੀ ਹੁੰਦੀ ਹੈ ਕਿ ਸਰਕਾਰ ਨੇ ਜਿੱਤਣਾ ਹੀ ਜਿੱਤਣਾ ਹੈ, ਇਸ ਵਾਸਤੇ ਬਹੁਤ ਸਾਰੇ ਬੰਦਿਆਂ ਨੇ ਜੁੱਤੇ ਲਾ ਲਏ ਵੀ ਜੀ ਸਾਨੂੰ ਜਿਤਾਓ। ਜਿਨ੍ਹਾਂ ਨੇ ਜੁੱਤੇ ਲਾਏ ਉਹਨਾਂ ਦੇ ਵਿੱਚ ਜਗਵੀਰ ਸਿੰਘ ਬਰਾੜ ਵੀ ਹੈ। ਅੱਛਾ, ਇਲਾਕਾ ਬਦਲ ਕੇ ਉੱਧਰ? ਹਾਂ ਹਾਂ, ਜਗਵੀਰ ਸਿੰਘ ਬਰਾੜ ਅਸਲ ਦੇ ਵਿੱਚ ਜਲੰਧਰ ਛਾਉਣੀ ਤੋਂ MLA ਪਹਿਲਾਂ ਅਕਾਲੀ ਦਲ ਦਾ ਹੁੰਦਾ ਸੀ, ਫਿਰ ਉਹਨੇ ਕਾਂਗਰਸ ਜੁਆਇਨ ਕਰ ਲਈ ਸੀ, ਕਾਂਗਰਸ ਦਾ MLA ਬਣ ਗਿਆ ਸੀ। ਉਹ ਕਾਂਗਰਸ ਦਾ ਵੀ MLA ਬਣਿਆ ਨਹੀਂ, ਚੋਣ ਹੀ ਲੜੀ ਸੀ ਪ੍ਰਗਟ ਸਿੰਘ ਤੋਂ, ਹਾਰ ਗਿਆ ਸੀ ਪ੍ਰਗਟ ਸਿੰਘ ਅਕਾਲੀ ਦਲ ਵੱਲੋਂ ਸੀ। ਉਹਨੂੰ ਹੁਣ ਇਹ ਕਿ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਹਾਂ, ਮੈਨੂੰ ਜਲੰਧਰ ਛਾਉਣੀ ਤੋਂ ਟਿਕਟ ਨਹੀਂ ਦਿੱਤੀ, ਪ੍ਰਗਟ ਸਿੰਘ ਨੂੰ ਦਿੱਤੀ ਸੀ, ਇਸ ਕਰਕੇ ਮੈਨੂੰ ਜ਼ਰੂਰ ਮੌਕਾ ਦਿਓ ਜੀ, ਸ਼ਾਹਕੋਟ ਤੋਂ ਮੈਨੂੰ ਦੇ ਦਿਓ ਜੀ। ਦੂਸਰੇ ਚੋਣ ਹਾਰਨ ਵਾਲੇ ਹਾਰੇ ਨਹੀਂ, ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ ਕਿਉਂਕਿ ਉਹਨਾਂ ਦੀ ਵੋਟ ਦਾ ਰੌਲਾ ਪੈ ਗਿਆ ਸੀ, ਮਿਸਟਰ ਅਵਤਾਰ ਹੈਨਰੀ ਕਹਿੰਦੇ ਵੀ ਜੁੱਤੇ ਉਹ ਵੀ ਲਾਈ ਫਿਰਦੇ ਆ, ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਮਿਲੂਗੀ ਵੋਟ, ਚੋਣ ਲੜਨ ਦੀ ਇਜਾਜ਼ਤ ਮਿਲੂਗੀ, ਜਿਹਨਾਂ ਨਾਲ ਮਿਲੂਗੀ ਉਹ ਵੀ ਤਿਆਰ ਹੈ। ਇੱਕ ਡਾਕਟਰ ਨਵਜੋਤ ਸਿੰਘ ਦਾਹੀਆ, ਨਵਜੋਤ ਸਿੰਘ ਦਾਹੀਆ ਮਨਪ੍ਰੀਤ ਸਿੰਘ ਬਾਦਲ ਦੇ ਪੁਰਾਣੇ ਮਿੱਤਰ ਹੈਗੇ ਜੀ, ਔਰ ਇਹ ਪੀਪਲਜ਼ ਪਾਰਟੀ ਔਫ ਪੰਜਾਬ ਦੇ ਵਿੱਚ ਮਨਪ੍ਰੀਤ ਦੇ ਨਾਲ ਹੁੰਦੇ ਸੀ। ਉਹ ਡਾਕਟਰ ਦਾਹੀਆ ਸਾਹਿਬ ਵੀ ਆਪਣੇ ਆਪ ਨੂੰ ਕਹਿੰਦੇ ਜੀ ਟਿਕਟ ਮੈਨੂੰ ਦਿਓ, ਤੇ ਬੜਾ ਸ਼ੱਕ ਮਨਪ੍ਰੀਤ ਵੀ ਜ਼ੋਰ ਲਾਊਗਾ ਉਹ ਤਾਂ ਲਾਉਣੀ ਹੈ, ਮੇਰੇ ਬੰਦੇ ਨੂੰ ਇੱਕ ਨੂੰ ਟਿਕਟ ਦਿੱਤੀ ਜਾਵੇ। ਪਰ ਕਈ ਗੱਲਾਂ ਹੈ ਦਾਨੇ ਵਾਲੀਆਂ ਸਭ ਇੱਥੇ ਦੇਖਣ ਵਾਲੀ ਗੱਲ ਹੈ। ਮਨਪ੍ਰੀਤ ਨੇ ਪਿਛਲੀ ਵਾਰੀ ਵੀ ਕਈ ਸੀਟਾਂ ਲਈਆਂ ਸੀ, ਲੇਕਿਨ ਇੱਕ ਸੀਟ ਦਾ ਜਿਹਦਾ ਮੈਂ ਜ਼ਿਕਰ ਕਰਨਾ ਚਾਹੂੰਗਾ ਸਾਡੇ ਬਠਿੰਡੇ ਨਾਲ, ਬਠਿੰਡਾ ਦੇਹਾਤੀ ਵਾਲੀ ਜਗ੍ਹਾ ਦੇ ਉੱਤੇ ਮਨਪ੍ਰੀਤ ਸਿੰਘ ਬਾਦਲ ਨੇ ਪੂਰਾ ਜ਼ੋਰ ਲਾ ਕੇ ਤੇ ਲਾਡੀ ਨੂੰ ਟਿਕਟ ਦਵਾਤੀ ਜੀ, ਤੇ ਨਾਲ ਇਹ ਕਹਿਤਾ ਕਿ ਇਹ ਸੀਟ ਸਾਡੀ ਆਪਦੀ ਘਰ ਦੀ ਸੀਟ ਹੈ, ਮੇਰੇ ਪਿੰਡ ਦੇ ਨਾਲ ਲੱਗਦੀ ਹੈ, ਸਾਡਾ ਪੁਰਾਣਾ ਪਿੰਡ ਵੀ ਇਸ 'ਚ ਪੈਂਦਾ ਹੈ, ਤੇ ਮੇਰੇ ਪਿਤਾ ਜੀ ਦਾ ਬੜਾ ਜ਼ੋਰ ਹੈ ਜੀ, ਤੁਸੀਂ ਸਾਨੂੰ ਇਹ ਟਿਕਟ ਦਿਓ ਤੇ ਅਸੀਂ ਤੁਹਾਨੂੰ ਜਿੱਤ ਕੇ ਦੇ ਦਿਆਂਗੇ ਜੀ। ਪਰ ਉਸ ਸੀਟ ਦੇ ਉੱਤੇ ਨੁਕਸਾਨ ਹੋ ਗਿਆ, ਕਾਂਗਰਸ ਪਾਰਟੀ ਉੱਥੇ ਨਹੀਂ ਜਿੱਤੀ, ਆਮ ਆਦਮੀ ਪਾਰਟੀ ਵਾਲੀ ਬੀਬੀ ਰੂਬੀ ਜਿੱਤ ਰੂਬੀ ਜਿੱਤ ਗਈ। ਜੇ ਮਨਪ੍ਰੀਤ ਸਿੰਘ ਬਾਦਲ ਉਦੋਂ ਜਿੱਦ ਨਾ ਕਰਦਾ ਤੇ ਥੋੜਾ ਜਿਹਾ ਹੇਰ ਫੇਰ ਕਰ ਦਿੰਦੇ ਕਿ ਜਿਹੜੇ ਮਿਸਟਰ ਆਪਣੇ ਹੈਗੇ ਪ੍ਰੀਤਮ ਸਿੰਘ ਕੋਟ ਭਾਈ ਜੀ, ਪ੍ਰੀਤਮ ਸਿੰਘ ਕੋਟ ਭਾਈ ਨੂੰ ਟਿਕਟ ਦਿੱਤੀ ਆ ਕਿ ਇੱਥੋਂ ਪੁੱਛੋ ਤੋਂ ਜੀ, ਉਹਦੀ ਥਾਂ ਦੇ ਉੱਤੇ ਟਿਕਟ ਉਸੇ ਨੂੰ ਦਿੱਤੀ ਹੁੰਦੀ, ਲਾਡੀ ਨੂੰ ਦਿੱਤੀ ਹੁੰਦੀ, ਲਾਡੀ ਦਾ ਆਪਦਾ ਇਲਾਕਾ ਸੀ, ਉਹਦਾ ਬਾਪ ਪਹਿਲਾਂ ਇੱਥੋਂ MLA ਬਣਿਆ ਸੀ, ਸ਼ਾਇਦ ਉਹ ਉੱਥੋਂ ਜਿੱਤ ਜਾਂਦਾ, ਲੇਕਿਨ ਕੋਟ ਭਾਈ ਨੂੰ ਟਿਕਟ ਦਿੱਤੀ, ਕੋਟ ਭਾਈ ਥੋੜੀਆਂ ਜਾਂ ਸੈਂਕੜਿਆਂ ਵੋਟਾਂ 'ਤੇ ਜਿੱਤਦਾ ਹੈ, ਚਲੋ ਵੱਖਰੀ ਗੱਲ ਹੈ, ਲੇਕਿਨ ਇੱਥੋਂ ਜੇ ਆਪਾਂ ਦੇਖਦੇ ਇੱਥੇ ਜਿਹੜੇ ਮੁੰਡੇ ਦਾ ਹੱਕ ਬਣਦਾ ਸੀ ਜਿਹਦਾ ਨਾਂ ਪਹਿਲਾਂ ਵਿਚਾਰਿਆ ਗਿਆ ਸੀ, ਜੇ ਉਹਨੂੰ ਟਿਕਟ ਮਿਲਦੀ ਤਾਂ ਉਹਨੇ ਸੀਟ ਕੱਢ ਜਾਣੀ ਸੀ। ਇਵੇਂ ਜਿਵੇਂ ਜੇ ਆਪਾਂ ਹੁਣ ਦੇਖੀਏ ਤਾਂ ਹਰਦੇਵ ਲਾਡੋਵਾਲੀਏ ਦਾ ਅਤੇ ਨਵਜੋਤ ਸਿੰਘ ਦਾਹੀਆ ਦਾ ਮੁਕਾਬਲਾ ਕੀਤਾ ਜਾਵੇ ਤਾਂ ਫਰਕ ਬਹੁਤ ਹੈ ਜੀ। ਫਰਕ ਇਸ ਲਈ ਹੈ ਕਿਉਂਕਿ ਪਿਛਲੀ ਚੋਣ ਦੇ ਵਿੱਚ ਉਹਨੇ ਪੂਰੀ ਟੱਕਰ ਦਿੱਤੀ ਹੈ, ਮੁਕਾਬਲੇ 'ਤੇ ਪਹੁੰਚ ਗਿਆ ਸੀ। ਦੂਜੀ ਗੱਲ, ਉਹਦੇ ਕੋਲ ਵਿਰਾਸਤ ਬਹੁਤ ਵੱਡੀ ਹੈ, ਉਹਦੇ ਕੋਲ ਦਰਬਾਰਾ ਸਿੰਘ ਹੋਰਾਂ ਦੀ ਵਿਰਾਸਤ ਹੈ। ਅਗਲੀ ਗੱਲ ਕੀ ਹੈ ਕਿ ਜਿਸ ਘੋੜੇ ਨੂੰ ਤੁਸੀਂ ਪਹਿਲਾਂ ਪਰਖ ਚੁੱਕੇ ਹੋ ਜੀ, ਜੇ ਉਸ ਘੋੜੇ ਨੂੰ ਤੁਸੀਂ ਪਹਿਲਾਂ
ਤੁਸੀਂ ਖੜਾ ਕਰਤਾ ਉਹਦੇ ਪੈਸੇ ਲਵਾ ਤੇ ਹੁਣ ਵਾਈ ਇਲੈਕਸ਼ਨ ਦੇ ਵਿੱਚ ਤੁਸੀਂ ਉਹਨੂੰ ਬਦਲੋਗੇ ਤਾਂ ਉਹਦਾ ਨੁਕਸਾਨ ਜਿਹੜਾ ਹੈਗਾ ਕੁਦਰਤੀ ਤੌਰ ਤੇ ਤੁਹਾਨੂੰ ਹੋਊਗਾ ਹੋਊਗਾ। ਲਓ ਜੀ ਦੋ ਕੈਂਡੀਡੇਟ ਹੋਰ ਆ ਗਏ, ਉਹ ਕਹਿੰਦੇ ਜੀ ਸਾਡਾ ਤਾਂ ਰਾਜ ਭਾਗ ਵਗੈਰਾ ਡੰਗ ਲੈਂਦਾ ਨੀ ਜੀ, ਤਿੰਨ ਹੋ ਗਏ ਜੀ ਦੋਵਾਂ ਦੀ ਬਜਾਏ, ਇੱਕ ਅਮਰਜੀਤ ਸਿੰਘ ਸਮਰਾ ਹੈ ਜੀ, ਉਹ ਵੀ ਤਿਆਰ ਹੋਣੇ, ਅਮਰਜੀਤ ਸਿੰਘ ਸਮਰਾ ਵੀ ਤਿਆਰ ਹੈ ਪਰ ਉਹਨਾਂ ਨੂੰ ਪਹਿਲਾਂ ਹੀ ਮਾਰਕਫੈਡ ਦਾ ਚੇਅਰਮੈਨ ਬਣਾਇਆ ਹੋਇਆ, ਉਹ ਕਹਿੰਦਾ ਮਾਰਕਫੈਡ ਨਾਲ ਗੱਲ ਬਣਦੀ ਨੀ। ਦੂਜੇ ਜੀ ਸਰਦਾਰ ਲਾਲ ਸਿੰਘ ਜੀ, ਲਾਲ ਸਿੰਘ ਨੂੰ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਸੀ, ਉਹਨਾਂ ਦੀ ਥਾਂ ਤੇ ਉਹਨਾਂ ਦੇ ਬੇਟੇ ਨੂੰ ਟਿਕਟ ਦਿੱਤੀ ਸੀ, ਬੇਟਾ ਉਹਨਾਂ ਦਾ ਜਿੱਤ ਗਿਆ। ਲਾਲ ਸਿੰਘ ਸੀਨੀਅਰ ਲੀਡਰ ਹੈ, ਉਹਦੀ ਸੀਨੀਅਰਿਟੀ ਨੂੰ ਮੁੱਖ ਰੱਖਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਇੱਕ ਵਜ਼ੀਰ ਵਰਗਾ ਰੁਤਬਾ ਦੇ ਕੇ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣਾਤਾ। ਉਹ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਪਰ ਸੰਤੁਸ਼ਟ ਨਹੀਂ ਜੀ, ਕਹਿੰਦਾ ਯਾਰ ਜਿਹੜੀ ਵਜ਼ੀਰ ਦੀ ਟੌਰ ਹੁੰਦੀ ਨਾ ਵਜ਼ੀਰ ਹੀ ਹੈ, ਜੇ ਕਿਤੇ ਮੈਨੂੰ ਟਿਕਟ ਮਿਲ ਜੇ ਤੇ ਕਹਿੰਦਾ ਮੈਂ ਚੋਣ ਜਿੱਤ ਵੀ ਜਾਊਂਗਾ ਜੀ, ਚੋਣ ਜਿੱਤ ਕੇ ਫਿਰ ਵਜ਼ੀਰੀ ਤਾਂ ਦੇਣੀ ਪੈਣੀ। ਬਿਲਕੁਲ ਬਿਲਕੁਲ ਠੀਕ ਹੈ, ਨਾਲ ਫਿਰ ਉਹਦੇ ਟੈਗ ਲੱਗ ਜਾਣਾ ਦੁਆਬੇ ਵਾਲਾ ਕਿ ਇਹ ਆ ਗਿਆ ਜੀ ਦੁਆਬੇ ਤੋਂ ਜਿੱਤ ਕੇ, ਫਿਰ ਦੁਆਬੇ ਵਾਲੇ ਪ੍ਰਗਟ ਸਿੰਘ ਹੋਰਾਂ ਦਾ ਪੱਤਾ ਕੱਟਿਆ ਜਾਣਾ, ਉਹਨਾਂ ਨੂੰ ਨਹੀਂ ਮਿਲਣਾ, ਗੱਲ ਉਹਦੀ ਹੋਣੀ ਹੈ। ਤੇ ਜਿਹੜੀ ਲਾਲ ਸਿੰਘ ਹੋਰਾਂ ਦੀ ਦਲੀਲ ਹੈ ਜੀ, ਦਲੀਲ ਉਹ ਕਹਿੰਦੇ ਜੀ ਵੀ ਉੱਥੇ ਜਿਹੜਾ ਹੈਗਾ ਕੰਬੋ ਭਾਈਚਾਰਾ, ਕੰਬੋ ਭਾਈਚਾਰੇ ਦੀ ਉੱਥੇ ਬਹੁਤ ਵੋਟ ਹੈ, ਵੱਡੀ ਵੋਟ ਹੈ, ਇਹ ਆਪਣੇ ਕੁਹਾਰ ਸਾਹਿਬ ਵੀ ਉਧਰੋਂ ਸੀ, ਉਹ ਕਹਿੰਦੇ ਜੀ ਮੈਨੂੰ ਦੇ ਦਿਓ ਤੇ ਮੈਂ ਉਸ ਭਾਈਚਾਰੇ ਨਾਲ ਸੰਬੰਧਿਤ ਹੈ, ਮੇਰਾ ਫਰਕ ਪੈਂਦਾ ਹੈ। ਪਹਿਲਾਂ ਇੱਥੇ ਇੱਕ ਹਰਦਿਆਲ ਸਿੰਘ ਕੰਬੋਜ ਸੀ ਮੇਰਾ ਖਿਆਲ, ਲੈਫਟੀਨੈਂਟ ਕਰਨਲ ਸੀ ਡੀ ਕੰਬੋਜ ਸੀ, ਕਰਨਲ ਸੀ ਡੀ ਕੰਬੋਜ ਸੀ, ਉਹ ਛੱਡ ਕੇ ਆਮ ਵਾਲੇ ਚਲੇ ਗਏ ਸੀ, ਉਹਨਾਂ ਦਾ ਰਹਿ ਗਿਆ ਸੀ ਕੰਮ, ਉਹ ਕੱਟੇ ਗਏ ਤੇ ਹੁਣ ਲਾਲ ਸਿੰਘ ਭਾਈਚਾਰੇ ਦਾ ਵਾਸਤਾ ਪਾ ਕੇ ਕਹਿੰਦਾ ਜੀ ਟਿਕਟ ਮੈਨੂੰ ਦੇ ਦਿਓ ਜੀ। ਇੱਕ ਫਿਰ ਆਪਣੇ ਹੋਰ ਹੈ ਬੀਬਾ ਜੀ ਜੀ, ਬੀਬਾ ਰਜਿੰਦਰ ਕੌਰ ਭੱਠਲ, ਕਹਿੰਦੀ ਜੀ ਮੈਂ ਮੁੱਖ ਮੰਤਰੀ ਰਹਿ ਚੁੱਕੀ ਹਾਂ, ਜਿਹੜਾ ਮੁੱਖ ਮੰਤਰੀ ਹੁੰਦਾ ਉਹਦਾ ਤਾਂ ਕੋਈ ਹਲਕਾ ਹੀ ਨਹੀਂ ਹੁੰਦਾ, ਉਹ ਤਾਂ ਸਾਰੇ ਪੰਜਾਬ ਦਾ ਹੁੰਦਾ, ਇਸ ਕਰਕੇ ਮਸਾਂ ਸੀਟ ਖਾਲੀ ਹੋਈ ਹੈ ਜੀ, ਤੁਸੀਂ ਮੈਨੂੰ ਮੌਕਾ ਬਖਸ਼ੋ, ਜਿਵੇਂ ਸੁੱਖਾਂ ਸੁੱਖ ਦੀ ਨੂੰ ਆ ਦੇਣੇ ਬਾਜਰੀਆਂ ਬੰਸਰੀਆਂ। ਉਹ ਕਹਿੰਦੀ ਮਸਾਂ ਦਾ ਬੰਸਰੀ ਵੱਜੀ ਹੈ ਵਿਚਾਰੇ ਕੁਹਾੜ ਵਾਲੀ ਜੀ, ਤੇ ਕਿਉਂਕਿ ਪੰਗਾ ਬੀਬੀ ਨੇ ਲੈ ਲਿਆ ਸੀ, ਪੰਗਾ ਨਹੀਂ ਲਿਆ ਸੀ ਬਾਈ, ਉਹ ਤਾਂ ਆਪਦੇ ਹਲਕੇ ਤੇ ਸੀ ਲਹਿਰੇ ਤੇ, ਸੁਨਾਮ ਤੋਂ ਬਦਲ ਕੇ ਪਰਮਿੰਦਰ ਸਿੰਘ ਢੀਂਡਸਾ ਉੱਥੇ ਚਲਾ ਗਿਆ ਸੀ, ਤੇ ਅੱਗੇ ਤਾਂ ਵੈਸੇ ਬਾਦਲ ਸਾਹਿਬ ਨੇ ਹਾਜੀ ਪੁਗਾ ਲੈਂਦੇ ਹੁੰਦੇ ਸੀ ਬੀਬੀ ਨਾਲ, ਬੀਬੀ ਦੀ ਮਦਦ ਕਰ ਦਿੰਦੇ ਸੀ, ਪਿਛਲੀ ਵਾਰੀ ਵੀ ਜਦੋਂ ਇੱਕ ADC ਖੜਾ ਕੀਤਾ ਸੀ ਜੀ, ਤੇ ਉਦੋਂ KJS ਚੀਮਾ ਜਿਹੜਾ ਇਹਨਾਂ ਦਾ ਪ੍ਰਿੰਸੀਪਲ ਸੈਕਟਰੀ ਸੀ ਪਿੰਡ, ਉਹਦਾ ਵੀ ਉੱਥੇ ਹੀ ਹੈ ਜੀ, ਉਹ ਕੰਪੇਨ ਕਰਨ ਆਇਆ ਸੀ ਬੀਬੀ ਦੇ ਹੱਕ ਦੇ ਵਿੱਚ, ਉਹ ਫੜਿਆ ਗਿਆ ਸੀ ਮੌਕੇ ਤੇ, ਰੌਲਾ ਪੈ ਗਿਆ ਸੀ, ਤੇ ਜਦੋਂ ਉਹ ਅਕਾਲੀ ਕੈਂਡੀਡੇਟ ਨੇ ADC ਸਾਹਿਬ ਨੇ ਕਿਹਾ ਵੀ ਬਾਦਲ ਸਾਹਿਬ ਇਹ ਕੀ ਹੋਇਆ, ਕਹਿੰਦੇ ਕਾਕਾ ਤੈਨੂੰ ਲੜਨ ਵਾਸਤੇ ਲੜਾਇਆ ਜੀ, ਤੂੰ ਲੜੀ ਚੱਲ ਕੋਈ ਨੀ ਤੈਨੂੰ ਬਣਾ ਦਿਆਂਗੇ, ਫਿਰ ਉਹਨੂੰ ਕਿਸੇ ਮੈਂਬਰ ਬਣਾਤਾ ਸੀ, ਕਿਸੇ ਸੰਵਿਧਾਨਕ ਅਹੁਦੇ ਦੇ ਉੱਤੇ ਲਾਤਾ ਸੀ। ਸੋ ਹੁਣ ਬੀਬੀ ਜੀ ਕਹਿੰਦੀ ਜੀ ਵੀ ਮੇਰਾ ਤਾਂ ਬਿਲਕੁਲ ਨੀ ਸਰਦਾ ਜੀ, ਮੈਂ ਤਾਂ ਮੈਨੂੰ ਤੁਸੀਂ ਜਿਤਾਓ। ਬੀਬੀ ਜੀ ਦੀ ਇੱਕ ਖੂਬੀ ਹੋਰ ਹੈ ਜੀ, ਕਿ ਮੁੱਖ ਮੰਤਰੀ ਭਾਵੇਂ ਹਰਚਰਨ ਸਿੰਘ ਬਰਾੜ ਹੋਵੇ ਤੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਵੇ, ਫਿਰ ਵਾਢਾ ਲਾ ਲੈਂਦੀ ਹੈ। ਹਰਚਰਨ ਸਿੰਘ ਬਰਾੜ ਤਾਂ ਵਿਚਾਰਾ ਮਤਲਬ ਸਾਊ ਆਦਮੀ ਸੀ, ਉਹ ਤਾਂ ਸਿੱਟ ਲਿਆ ਸੀ, ਤੇ ਬੀਬੀ ਮੁੱਖ ਮੰਤਰੀ ਬਣ ਗਈ ਸੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਾਰੀ 2002 ਤੋਂ ਲੈ ਕੇ 7 ਤੱਕ ਪੈਰ ਨਹੀਂ ਲੱਗਣ ਦਿੱਤੇ ਸੀ, ਹਾਲਾਂਕਿ ਬੀਬੀ ਕਾਫੀ ਸਾਰੇ ਵਿਧਾਇਕ ਨਾਲ ਆਪਦੇ ਤੋੜ ਕੇ ਲੈ ਗਈ ਸੀ। ਹੁਣ ਉਹਨੂੰ ਫੇਰ ਆ ਵੀ, ਇੱਕ ਤਾਂ ਕੈਪਟਨ ਦੀ ਉਮਰ ਥੋੜੀ ਜਿਹੀ ਜ਼ਿਆਦਾ ਹੋ ਗਈ, ਸਾਹ ਵੀ ਚੜ੍ਹਦਾ, ਤੇ ਦੂਜਾ ਉਹਨੂੰ ਇਹ ਆ ਵੀ ਘਰਕਾ ਲੂੰਗੀ ਥੋੜਾ ਜਿਹਾ, ਤੇ ਨਾਲ ਜਿਹੜੇ ਉਹ ਵੀ ਕੁਛ ਬੰਦੇ MLA ਮਨਪ੍ਰੀਤ ਵੀ ਹੋ ਗਿਆ, ਜਾਂ ਜਿਵੇਂ ਆਪਣੇ ਨਵਜੋਤ ਸਿੱਧੂ ਹੋਰੀ ਜੀ, ਵੀ ਇਹ ਸ਼ਾਇਦ ਮੇਰੇ ਤੇ ਗੁਣਾ ਪੈ ਜੇ ਤੇ ਆਪਾਂ ਮੁੱਖ ਮੰਤਰੀ ਵੀ ਬਣ ਸਕਦੇ ਹਾਂ, ਇਸ ਕਰਕੇ ਉਹ ਵੀ ਹੁਣ ਬੀਬੀ ਵੀ ਤਿਆਰ ਹੈ। ਤੇ ਅਕਾਲੀ ਦਲ ਨੇ ਆਪਦਾ ਕੈਂਡੀਡੇਟ ਅਨਾਊਂਸ ਕਰਤਾ, ਉਹ ਅਨਾਊਂਸ ਕਰਨ ਤੋਂ ਪਹਿਲਾਂ ਹੀ ਇੱਕ ਜਿਹੜਾ ਸਾਰੇ ਵਿਧਾਨ ਸਭਾ ਹਲਕੇ ਦਾ ਲਾ ਚੁੱਕਿਆ ਨੈਬ ਸਿੰਘ ਕੁਹਾੜ ਜੀ,
ਤੇ ਦੂਜਾ ਹੁਣ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਵੀ ਲਾਉਣਾ ਤੇ ਬੰਦਾ ਜਦੋਂ ਵਿਹਲਾ ਹੋ ਗਿਆ ਵੀ ਆਪਣੀ ਟਿਕਟ ਤਾਂ ਮਿਲ ਗਈ ਹੈ ਨਾਲ ਆਮ ਆਦਮੀ ਪਾਰਟੀ ਵਾਲਾ ਵੀ ਲਾ ਲਿਆ ਤੇ ਉਹ ਤਾਂ ਗੱਡੀ ਚੱਲ ਪਈ ਉਹਨਾਂ ਦੀ ਤਾਂ ਪਰ ਹੁਣ ਕਾਂਗਰਸ ਪਾਰਟੀ ਦੀ ਹਾਲਤ ਇਹ ਹੈ ਵੀ ਇੱਕ ਅਨਾਰ ਤੇ ਸੌ ਬਿਮਾਰ ਆ ਹੁਣ ਇਹ ਕੈਪਟਨ ਅਮਰਿੰਦਰ ਸਿੰਘ ਦੇ ਆਪਦੇ ਬਸ ਦਾ ਰੋਗ ਨਹੀਂ ਵੀ ਮੈਂ ਹੁਣ ਕੀ ਕਰਾਂ ਕਿਹਨੂੰ ਕੱਟਾਂ ਤੇ ਕਿਹਨੂੰ ਰੱਖਾਂ ਤੇ ਇੱਕ ਕਾਂਗਰਸ ਪਾਰਟੀ ਦੀ ਬਦਕਿਸਮਤੀ ਇਹ ਹੈ ਵੀ ਮਨ ਭਾਵੇਂ ਸੂਬਾ ਕਮੇਟੀ ਦੀ ਲੈਣ ਪਰ ਕਹਿੰਦੇ ਉਨੀ ਦੇਰ ਤੱਕ ਉਹਨੂੰ ਮੰਨਿਆ ਨੀ ਜਾਂਦਾ ਜਿੰਨੀ ਦੇਰ ਤੱਕ ਕੇਂਦਰ ਦੀ ਮੋਹਰ ਨਾ ਲੱਗੇ ਉਹ ਰਾਹੁਲ ਗਾਂਧੀ ਦੀ ਮੋਹਰ ਅਜੇ ਪਤਾ ਨੀ ਕਦੋਂ ਲੱਗਣੀ ਹੈ ਉਹ ਕਰਨਾਟਕਾ ਚ ਜਿਤਾਉਂਦਾ ਜਿਹੜੀ ਆ ਜਿੱਤੀ ਹੋਈ ਸੀਟ ਲੱਗਦੀ ਹੈ ਕਿਤੇ ਇਹ ਨਾ ਹਾਰ ਜਾਣ ਜੇ 22 ਇਲੈਕਸ਼ਨ ਵੀ ਕਾਂਗਰਸ ਪਾਰਟੀ ਹਾਰ ਗਈ ਤਾਂ ਫਿਰ 2019 ਦੇ ਵਿੱਚ ਝੁੱਗਾ ਚੌੜ ਹੋ ਜਾਣਾ ਸੋ ਇਸ ਵੇਲੇ ਕਾਂਗਰਸੀਆਂ ਨੂੰ ਲਾਲਚ ਛੱਡਣਾ ਚਾਹੀਦਾ ਆਪਦੇ ਅਸੂਲਾਂ ਦੇ ਉੱਤੇ ਖੜ ਕੇ ਜਿਹੜੀ ਲੜਾਈ ਹੈ ਉਹ ਬਣਦੀ ਹੈ ਤਾਂ ਮੇਰਾ ਖਿਆਲ ਕੁਛ ਮਾੜਾ ਮੋਟਾ ਕਰ ਲੈਣਗੇ ਨਹੀਂ ਤਾਂ ਫਿਰ ਰਾਮ ਰਾਮ ਸੱਤ ਤਾਂ ਹੋ ਹੀ ਜਾਣੇ ਬਿਲਕੁਲ ਜੀ ਰਾਮ ਰਾਮ ਸੱਤ ਤਾਂ ਫਿਰ ਵੱਟ 'ਤੇ ਹੀ ਪਿਆ ਨਾ ਉਹ ਤਾਂ ਜਦੋਂ ਮਰਜ਼ੀ ਮੋਢਿਆਂ 'ਤੇ ਚੱਕ ਲਓ ਅਗਲੇ ਨੂੰ ਹੈਂਜੀ ਅਤੇ ਉਹ ਰਾਮ ਬਾਗ ਛੱਡਿਓ